ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀਟੀ ਗਾਈਡ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਦੇ ਹਾਂ ਸਮਰਾਈਜ਼ ਸਪੋਕਨ ਟੈਕਸਟ ਬਾਰੇ ਜਿਹੜਾ ਕਿ ਲਿਸਨਿੰਗ ਮੋਡਿਊਲ ਦਾ ਇੱਕ ਟਾਸਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਸਮਝ ਲੈਣੇ ਆ ਇਹਦੇ ਬਾਰੇ ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ ਜਾਓ ਤੇ ਤੁਹਾਨੂੰ ਟੈਸਟ ਦੇਣ ਵੇਲੇ ਕੋਈ ਪਰੇਸ਼ਾਨੀ ਨਾ ਆਵੇ ਐਗਜ਼ਾਮ ਵਿੱਚ ਇੱਕ ਤੋਂ ਦੋ ਕੁਐਸਚਨਸ ਆਉਂਦੇ ਨੇ ਤੇ ਜਿਹੜੇ ਦੇ ਮਾਰਕਸ ਹੁੰਦੇ ਨੇ ਉਹ ਇੱਕ ਦੇ ਟੋਟਲ 10 ਮਾਰਕਸ ਹੁੰਦੇ ਨੇ ਦੋ ਕੰਟੈਂਟ ਦੇ ਦੋ ਗ੍ਰਾਮਰ ਦੇ ਦੋ ਸਪੈਲਿੰਗ ਦੇ ਦੋ ਫਾਰਮ ਦੇ ਤੇ ਦੋ ਵੋਕੈਬਲਰੀ ਦੇ ਕੰਟੈਂਟ ਤੁਹਾਨੂੰ ਪਤਾ ਹੀ ਹੈ ਜਿੰਨਾ ਵੱਧ ਬੋਲੋਗੇ ਓਨੇ ਮਾਰਕਸ ਵੱਧ ਮਿਲਣਗੇ ਤੇ ਗ੍ਰਾਮਰ ਮਿਸਟੇਕ ਨਹੀਂ ਕਰੋਗੇ ਚੰਗੀ ਤਰ੍ਹਾਂ ਗ੍ਰਾਮਰ ਯੂਜ਼ ਕਰੋਗੇ ਤਾਂ 2 ਮਾਰਕਸ ਹੋਰ ਐਡ ਹੋ ਜਾਣਗੇ ਸਪੈਲਿੰਗ ਸਹੀ ਰੱਖੋਗੇ 2 ਮਾਰਕਸ ਹੋਰ ਐਡ ਹੋ ਜਾਣਗੇ ਫਾਰਮ ਦੇ 2 ਨੰਬਰ ਮਿਲਣਗੇ ਤਾਂ ਜੇ ਤੁਸੀਂ 50 ਤੋਂ 70 ਵਰਡ ਦੇ ਵਿੱਚ ਵਿੱਚ ਲਿਖਦੇ ਹੋ ਤੇ ਜੇ 50 ਤੋਂ ਘਟਾਤੇ 70 ਤੋਂ ਵਧਾਤੇ ਤਾਂ 1 ਮਾਰਕ ਰਹਿ ਜਾਊਗਾ ਤੇ ਜੇ ਤੁਸੀਂ 100 ਤੋਂ ਵੀ ਵਧਾਤੇ ਤੇ ਇਧਰੋਂ 40 ਤੋਂ ਵੀ ਥੱਲੇ ਆਗੇ ਤਾ ਫਿਰ ਮਾਰਕਸ 0 ਹੋ ਜਾਣਗੇ ਤੇ ਇੱਕ ਜ਼ਰੂਰੀ ਟਾਸਕ ਹੈ ਰਾਈਟਿੰਗ ਲਈ ਵੀ ਤੇ ਲਿਸਨਿੰਗ ਲਈ ਵੀ ਕਿਉਂਕਿ ਜਿਹੜੇ 2 ਮਾਰਕਸ ਨੇ ਇਹਦੇ ਵਿੱਚ ਕੰਟੈਂਟ ਦੇ ਉਹ ਤੁਹਾਡੇ ਰਾਈਟਿੰਗ ਵਿੱਚ ਜੁੜਦੇ ਨੇ ਠੀਕ ਹੈ ਜੀ ਤੇ ਤੁਸੀਂ 50 ਤੋਂ 70 ਵਰਡਸ ਲਿਖਣੇ ਹੀ ਲਿਖਣੇ ਨੇ ਨਾ ਤਾਂ 70 ਤੋਂ ਵਧਾਉਣੇ ਨੇ ਨਾ 50 ਤੋਂ ਘਟਾਉਣੇ ਨੇ ਜੇ 50 ਤੋਂ ਘਟਾਤੇ ਜਾਂ 70 ਤੋਂ ਵਧਾਤੇ ਤਾਂ ਫਾਰਮੇਸ਼ਨ ਦਾ 1 ਮਾਰਕ ਹੀ ਮਿਲੂਗਾ ਟੋਟਲ 2 ਮਿਲਦੇ ਨੇ ਤਾਂ 1 ਰਹਿ ਜਾਊਗਾ ਤੇ ਜੇ 100 ਤੋਂ ਵਧਾਤੇ ਤੇ 40 ਤੋਂ ਵੀ ਥੱਲੇ ਕਰਤੇ ਤਾ ਫਿਰ ਜ਼ੀਰੋ ਮਾਰਕਸ ਹੋ ਜਾਣਗੇ ਫਾਰਮ ਦੇ ਟਿਪਸ ਟ੍ਰਿਕਸ ਐਵੇਂ ਨਹੀਂ ਵੀ ਜਦੋਂ ਸਪੀਕਰ ਬੋਲਦਾ ਤੁਸੀਂ ਨੋਟਸ ਬਣਾਉਣ ਲੱਗ ਜਾਣਾ ਤੇ ਘੱਟੋ ਘੱਟ ਤਿੰਨ ਸੇਮ ਸੈਂਟੈਂਸ ਜਿਹੜਾ ਉਹਨੇ ਬੋਲਿਆ ਬਿਲਕੁਲ ਸੇਮ ਦਾ ਸੇਮ ਤੁਸੀਂ ਤਿੰਨ ਲਿਖ ਲੈਣੇ ਨੇ ਚੰਗੀ ਤਰ੍ਹਾਂ ਕੋਈ ਗਿਸਪੈਰਿੰਗ ਮਿਸਟੇਕ ਨਹੀਂ ਕੋਈ ਗਲਤ ਨਹੀਂ ਚੰਗੀ ਤਰ੍ਹਾਂ ਤਿੰਨ ਤਿੰਨ ਸੈਂਟੈਂਸ ਪੂਰੇ ਦੇ ਪੂਰੇ ਲਿਖ ਲੈਣੇ ਨੇ ਤੇ ਉਹ ਸੈਂਟੈਂਸਸ ਨੂੰ ਬਾਅਦ ਵਿੱਚ ਤੁਸੀਂ ਟੈਂਪਲੇਟਸ ਵਿੱਚ ਐਡ ਕਰਕੇ ਤੁਸੀਂ ਲਿਖ ਦੇਣਾ ਤੇ ਗ੍ਰਾਮਰ ਮਿਸਟੇਕਸ ਨਹੀਂ ਕਰਨੀਆਂ ਇਹਨਾਂ ਤਾਂ ਖਾਸ ਧਿਆਨ ਰੱਖਣਾ ਉਹ ਗ੍ਰਾਮਰ ਦੇ 2 ਮਾਰਕਸ ਨੇ ਸਪੈਲਿੰਗ ਮਿਸਟੇਕਸ ਨਹੀਂ ਕਰਨੀਆਂ ਜਿੰਨੇ ਵੱਧ ਕਰੋਗੇ ਉਹਨੇ ਮਾਰਕਸ ਘਟਦੇ ਜਾਣਗੇ 2 ਮਾਰਕਸ ਨੇ ਤੇ ਫਿਰ ਜ਼ੀਰੋ ਮਿਲ ਸਕਦਾ ਨੇ ਜੇ ਸਪੈਲਿੰਗ ਮਿਸਟੇਕਸ ਵੱਧ ਕਰਦੇ ਹੋ ਤੇ ਹਮੇਸ਼ਾ 2 ਤੋਂ 3 ਮਿੰਟ ਤੁਸੀਂ ਪ੍ਰੂਫ ਰੀਡਿੰਗ ਵਾਸਤੇ ਰੱਖਣੇ ਹੀ ਰੱਖਣੇ ਨੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਅਸੀਂ ਕੀ ਗਲਤੀਆਂ ਕੀਤੀਆਂ ਨੇ ਤੇ ਉਹਨਾਂ ਗਲਤੀ ਨੂੰ ਨਾਲ ਦੀ ਨਾਲ ਤੁਸੀਂ ਠੀਕ ਕਰ ਲੈਣਾ ਟੋਟਲ 10 ਮਿੰਟ ਹੁੰਦੇ ਨੇ 7 ਮਿੰਟ ਵਿੱਚ ਆਪਣਾ ਲਿਖ ਲਓ ਤੇ 2 ਤੋਂ 3 ਮਿੰਟ ਨੂੰ ਚੰਗੀ ਤਰ੍ਹਾਂ ਪੜੋ ਕੋਈ ਗ੍ਰਾਮਰ ਮਿਸਟੇਕ ਚੈੱਕ ਕਰੋ ਕੋਈ ਸਪੈਲਿੰਗ ਮਿਸਟੇਕਸ ਚੈੱਕ ਕਰ ਲਓ ਐਵੇਂ 2 ਤੋਂ 3 ਮਿੰਟ ਤੁਸੀਂ ਧਿਆਨ ਨਾਲ ਦੇਖਣਾ ਇਹਨੂੰ ਪੜ੍ਹਨਾ ਹੈ ਪੰਕਚੁਏਸ਼ਨਸ ਤੇ ਕਨੈਕਟਰਸ ਯੂਜ਼ ਕਰਨੇ ਨੇ ਜਿਵੇਂ ਕਮਾਸ ਹੋਗੇ ਬਟ ਐਂਡ ਐਵੇਂ ਕਨੈਕਟਰਸ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਇਹਦੇ ਨਾਲ ਮਾਰਕਸ ਵਧੀਆ ਮਿਲਦੇ ਨੇ ਤੇ ਕਈ ਬੱਚੇ ਕਹਿੰਦੇ ਨੇ ਵੀ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦਾ ਤਾਂ ਤੁਸੀਂ ਨਾ ਕੀਵਰਡਸ ਹੁੰਦੇ ਨੇ ਜਿਹੜੇ ਆਪਣੇ ਕੀਵਰਡਸ ਨੋਟ ਕਰ ਲਿਆ ਕਰੋ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਮੇਨ ਗੱਲ ਇੰਨਾ ਬਾਰੇ ਹੋ ਰਹੀ ਆ ਤਾਂ ਉਹ ਕੀਵਰਡਸ ਨੋਟ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਚ ਟੈਂਪਲੇਟਸ ਹੁੰਦੀਆਂ ਨੇ ਆਪਣੀਆਂ ਤੇ ਟੈਂਪਲੇਟਸ ਦੇ ਵਿੱਚ ਐਡ ਕਰ ਦਿਆ ਕਰੋ ਜਿਨ੍ਹਾਂ ਕੋਲ ਟੈਂਪਲੇਟਸ ਨਹੀਂ ਹੈਗੀਆਂ ਉਹ ਇੰਸਟਾਗ੍ਰam ਤੇ ਜਾ ਕੇ ਮੈਸੇਜ ਕਰ ਸਕਦੇ ਤੇ ਉੱਥੇ ਆਪਣੀ ਈਮੇਲ ਆਈਡੀ ਮੈਨੂੰ ਸੈਂਡ ਕਰ ਸਕਦਾ ਤੇ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਟੈਂਪਲੇਟਸ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕੀ ਨਹੀਂ ਸਮਝ ਆ ਤਾਂ ਮੈਂ ਉਹ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੇ ਜੇ ਕਿਸ ਨੂੰ ਕੋਈ ਸਵਾਲ ਪੁੱਛਣਾ ਹੈ ਤਾਂ ਮੈਨੂੰ ਇੰਸਟਾਗ੍ਰam ਤੇ ਪੁੱਛ ਸਕਦਾ ਹੈ ਤੇ ਟੈਲੀਗ੍ਰam ਤੇ ਵੀ ਆਪਣਾ ਗਰੁੱਪ ਬਣਿਆ ਹੋਇਆ ਉੱਥੇ ਜਾ ਕੇ ਵੀ ਤੁਸੀਂ ਪੀਟੀੀ ਗਾਈਡ ਪੰਜਾਬੀ ਸਰਚ ਕਰਕੇ ਤੇ ਤੁਸੀਂ ਆਪਣਾ ਸਵਾਲ ਉੱਥੇ ਪੁੱਛ ਸਕਦੇ ਹੋ ਤੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਫੇਸਬੁੱਕ ਤੇ ਵੀ ਹੁਣ ਪੇਜ ਬਣਿਆ ਹੋਇਆ ਫੇਸਬੁੱਕ ਤੇ ਵੀ ਆ ਵੀਡੀਓਜ਼ ਰੈਗੂਲਰ ਅਪਲੋਡ ਹੁੰਦੀਆਂ ਨੇ ਉੱਥੇ ਜਾ ਕੇ ਵੀ ਤੁਸੀਂ ਫੋਲੋ ਕਰ ਸਕਦੇ ਵੀਡੀਓਜ਼ ਦੇਖ ਸਕਦੇ ਹੋ ਤੇ ਥੋੜੇ ਦਿਨ ਵਿੱਚ WhatsApp ਗਰੁੱਪ ਵੀ ਬਣਾ ਰਹੇ ਹਾਂ ਤਾਂ ਉਹ ਨੰਬਰ ਵੀ ਹਰ ਇੱਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਐਡ ਹੋ ਜਾਊਗਾ ਤਾਂ ਤੁਸੀਂ ਜਾ ਕੇ ਨੰਬਰ ਆਪਣਾ ਸੇਵ ਕਰਕੇ ਤੇ ਉੱਥੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਦੂੰਗਾ ਤੇ ਕੋਈ ਵੀ ਜਾਣਕਾਰੀ ਹੋਊਗੀ ਤਾਂ ਮੈਂ ਤੁਹਾਨੂੰ ਉੱਥੇ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤੇ ਇਸ ਤੋਂ ਵੀ ਬਧੇ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਜਿਹੜੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਹਰ ਰੋਜ਼ ਨਵੀਂ ਤਨਵੀਂ ਜਾਣਕਾਰੀ ਇਸ ਚੈਨਲ ਤੇ ਮਿਲਦੀ ਰਹੂਗੀ ਤੇ ਚਲੋ ਮਿਲਦੇ ਆਂ ਅਗਲੀ ਵੀਡੀਓ ਵਿੱਚ